ਸ਼੍ਰੀਕਾਲ ਦੋਸਤੋ, ਮੈਂ ਹਰਕਿਰਤ ਸਿੰਘ ਫਿਰ ਹਾਜ਼ਰ ਹਾਂ ਬੈਸਟ ਅਵੇਅਰਨੈਸ ਪ੍ਰੋਗਰਾਮ ਜ਼ਰੀਏ ਆਪਣੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਕੋਈ ਵੀ ਇਨਸਾਨ ਉਹਨਾਂ ਟਾਈਮ ਨਹੀਂ ਲਿਖ ਸਕਦਾ ਜਿੰਨਾ ਚਿਰ ਉਸਨੂੰ ਕੋਈ ਸੱਟ ਨਾ ਲੱਗੀ ਹੋਵੇ। ਸੋ ਮੈਨੂੰ ਵੀ ਇਸੇ ਤਰ੍ਹਾਂ ਦੀ ਇੱਕ ਸੱਟ ਲੱਗੀ ਜਿਹਨੇ ਮੈਨੂੰ ਪ੍ਰੇਰਿਆ ਲਿਖਣ ਵਾਸਤੇ, ਕਲਮ ਉਠਾਉਣ ਵਾਸਤੇ। ਸੋ ਉਹ ਜੋ ਪ੍ਰੇਰਨਾ ਸੀ ਉਹ ਕੋਈ ਲੜਕੀ ਨਾ ਹੋ ਕੇ ਮੇਰੇ ਖੁਦ ਫਾਦਰ ਸਾਹਿਬ ਨੇ। ਐਕਚੁਲੀ ਫਾਦਰ ਸਾਹਿਬ ਹੁਣਾਂ ਦੀ ਜਦੋਂ ਡੈਥ ਹੋਈ, ਮੇਰੇ ਦਿਲ ਦੇ ਹਾਵ ਭਾਵ ਮੇਰੇ ਮਦਰ ਜੀ ਦੇ, ਜੋ ਕਿ ਅਸੀਂ ਹੋਸਪਿਟਲ ਸੀਗੇ ਦੋਨੋਂ ਮਾਂ ਪੁੱਤ, ਉਸ ਟਾਈਮ ਦੇ ਹਾਲਾਤ ਨੇ ਮੈਨੂੰ ਇੰਨਾ ਕੁ ਜ਼ਿਆਦਾ ਕਲਮ ਚੁੱਕਣ 'ਤੇ ਮਜਬੂਰ ਕਰ ਦਿੱਤਾ ਕਿ ਮੈਂ ਆਪਣੇ ਫਾਦਰ ਸਾਹਿਬ ਦੀ ਯਾਦ ਨੂੰ ਸੰਜੀਦਾ ਰੱਖ ਸਕਾਂ ਅਤੇ ਉਹਨਾਂ ਨੂੰ ਯਾਦਗਾਰ ਬਣਾ ਸਕਾਂ। ਸੋ ਇਹ ਮੇਰੀ ਕਵਿਤਾ ਹੈ ਅਤੇ ਮੈਂ ਉਹਨਾਂ ਸਾਰਿਆਂ ਦੋਸਤਾਂ ਨੂੰ ਰਿਕੁਐਸਟ ਹੱਥ ਜੋੜ ਕੇ ਕਰਨਾ ਚਾਹਾਂਗਾ ਕਿ ਜੋ ਬੱਚੇ ਆਪਣੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ, ਸੋ ਉਹ ਆਪਣੇ ਮਾਂ ਬਾਪ ਦੀ ਹੁੰਦਿਆਂ ਉਹਨਾਂ ਦੀ ਰਿਸਪੈਕਟ ਕਰਨ, ਉਹਨਾਂ ਨੂੰ ਪਿਆਰ ਦੇਣ, ਤਾਂ ਜੋ ਤੁਹਾਡੇ ਮਾਪੇ ਵੀ ਤੁਹਾਨੂੰ ਪਿਆਰ ਕਰਨ। ਕਿਉਂਕਿ ਮਾਂ ਬਾਪ ਜ਼ਿੰਦਗੀ ਦਾ ਉਹ ਧਨ ਹੁੰਦਾ ਹੈ, ਜੋ ਆਪਣੇ ਕੋਲ ਹੁੰਦਾ ਹੋਵੇ ਤਾਂ ਆਪਾਂ ਨੂੰ ਉਸ ਦੀ ਕੀਮਤ ਨਹੀਂ ਹੁੰਦੀ, ਪਰ ਜਦੋਂ ਉਹ ਸਾਡੇ ਤੋਂ ਵੱਖ ਹੋ ਜਾਂਦੇ ਆ ਆਪਾਂ ਉਹਨਾਂ ਨੂੰ ਤਰਸਦੇ ਹਾਂ। ਕਿਉਂਕਿ ਦੁਨੀਆ ਦੇ ਵਿੱਚ ਹਰ ਚੀਜ਼ ਪੈਸੇ ਨਾਲ ਮਿਲ ਜਾਂਦੀ ਹੈ, ਪਰ ਮਾਂ ਬਾਪ ਕਦੀ ਪੈਸੇ ਨਾਲ ਨਹੀਂ ਮਿਲਦਾ। ਸੋ ਰਿਕੁਐਸਟ ਆ ਉਹਨਾਂ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਜੋ ਆਪਣੇ ਮਾਂ ਬਾਪ ਦਾ ਖਿਆਲ ਨਹੀਂ ਰੱਖਦੇ, ਹੱਥ ਜੋੜ ਕੇ ਬੇਨਤੀ ਆ ਕਿ ਉਹ ਆਪਣੇ ਮਾਂ ਬਾਪ ਦੇ ਨਾਲ ਰਹਿਣ। ਸੋ ਜਿਹੜੀ ਮੈਂ ਅੱਜ ਕਵਿਤਾ ਕਹਿਣ ਜਾ ਰਿਹਾ ਉਹ ਕਵਿਤਾ ਮੇਰੇ ਉਸ ਕੰਡੀਸ਼ਨ ਨੂੰ ਬਿਆਨ ਕਰਦੀ ਹੈ ਜਦੋਂ ਹੋਸਪਿਟਲ ਦੇ ਵਿੱਚ ਡਾਕਟਰਾਂ ਨੇ ਮੇਰੇ ਫਾਦਰ ਸਾਹਿਬ ਹੁਣਾਂ ਦੀ ਡੈਥ ਡਿਕਲੇਅਰ ਕੀਤਾ। ਸੋ ਉਸ ਟਾਈਮ ਜੋ ਮੇਰੀ ਕੰਡੀਸ਼ਨ ਹੋਈ, ਜੋ ਮੇਰੇ ਮੰਮਾ ਦੀ ਕੰਡੀਸ਼ਨ ਹੋਈ, ਉਸ ਟਾਈਮ ਦੇ ਹਾਲਾਤ ਨੂੰ ਮੈਂ ਕਲਮ ਦੇ ਨਾਲ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕਵਿਤਾ ਕਾਬਲੇ ਗੌਰ ਹੈ। ਨਵੰਬਰ 21 ਅਤੇ 22 ਦੀ ਰਾਤ ਸੀ ਉਹ, ਨਵੰਬਰ 21 ਅਤੇ 22 ਦੀ ਰਾਤ ਸੀ ਉਹ, ਸਮਾਂ ਘੜੀ ਨੇ ਡੇਢ ਦਾ ਦਿਖਾਇਆ ਏ। ਹਰਕਿਰਤ ਸਿੰਘ ਕੌਣ ਹੈ ਪੁੱਛਿਆ ਡਾਕਟਰਾਂ ਨੇ, ਹਰਕਿਰਤ ਸਿੰਘ ਕੌਣ ਹੈ ਪੁੱਛਿਆ ਡਾਕਟਰਾਂ ਨੇ, ਪੇਸ਼ੈਂਟ ਸਰਵਣ ਸਿੰਘ ਨਾਲ ਜੋ ਆਇਆ ਏ। ਗਿਆ ਦੌੜ ਕੇ ਡਾਕਟਰਾਂ ਕੋਲ ਮੈਂ, ਗਿਆ ਦੌੜ ਕੇ ਡਾਕਟਰਾਂ ਕੋਲ ਮੈਂ, ਬੇਬੇ ਨੂੰ ਵੀ ਨਾਲ ਲਿਜਾਇਆ ਏ। ਕਰਕੇ ਹੌਸਲਾ ਵੱਡਾ ਸਾਰਾ ਅੱਗੋਂ ਡਾਕਟਰਾਂ ਆਖ ਸੁਣਾਇਆ ਏ। ਐਮ ਸੌਰੀ ਜੀ ਨਹੀਂ ਬਚਾ ਸਕੇ ਬਾਬਾ ਜੀ ਨੂੰ, ਅਸੀਂ ਵਾਹ ਅੰਤਾਂ ਦਾ ਲਾਇਆ ਏ। ਨਹੀਂ ਚੱਲਿਆ ਜ਼ੋਰ ਉਸ ਰੱਬ ਅੱਗੇ, ਅਸੀਂ ਸਾਰਾ ਜ਼ੋਰ ਇਲਾਇਆ ਏ। ਇਹ ਲਫ਼ਜ਼ ਸੁਣ ਮੂੰਹੋਂ ਡਾਕਟਰ ਦੇ ਮੇਰੇ ਅੱਖੀਂ ਹਨੇਰਾ ਛਾਇਆ ਏ। ਡਿੱਗਾ ਮੈਂ ਬੇਹੋਸ਼ ਹੋ ਫਰਸ਼ੀ ਉੱਤੇ, ਆਵੇ ਸਮਝ ਨਾ ਮੈਨੂੰ ਕੀ ਹੋਇਆ ਏ। ਮਾਰ ਛਿੱਟੇ ਪਾਣੀ ਦੇ ਮੂੰਹ ਉੱਤੇ ਡਾਕਟਰਾਂ ਹੋਸ਼ 'ਚ ਮੈਨੂੰ ਲਿਆਇਆ ਏ। ਰੱਖ ਹੌਸਲਾ ਮਾਂ ਹੈ ਬਿਮਾਰ ਤੇਰੀ, ਇਸ ਤਰ੍ਹਾਂ ਡਾਕਟਰਾਂ ਮੈਨੂੰ ਸਮਝਾਇਆ ਏ। ਨਹੀਂ ਚੱਲ ਸਕਿਆ ਉਸ ਅੱਗੇ ਜ਼ੋਰ ਸਾਡਾ, ਅਤੇ ਨਾ ਜ਼ੋਰ ਤੇਰਾ ਹੀ ਚੱਲਣਾ ਏ। ਆਓ ਦੇਖ ਮਾਂ ਰੋਂਦੀ ਹੈ ਗਲ ਲੱਗ ਬਾਪ ਤੇਰੇ, ਆਓ ਦੇਖ ਮਾਂ ਰੋਂਦੀ ਹੈ ਗਲ ਲੱਗ ਬਾਪ ਤੇਰੇ, ਇੱਥੇ ਕੌਣ ਹੁਣ ਉਸ ਦਾ ਸਹਾਰਾ ਏ। ਦੇ ਹੌਸਲਾ ਮਾਂ ਨੂੰ ਆਪਣੀ ਤੂੰ, ਅਤੇ ਤਰਵਾਸ ਦਿਲ ਆਪਣੇ ਵਿੱਚ ਰੱਖਣਾ ਏ। ਕਰ ਦਿਲ ਪੱਥਰ ਅਤੇ ਅੱਖੀਂ ਭਰ ਹੰਝੂ, ਆਖਰੀ ਦੀਦਾਰ ਬਾਪੂ ਦੇ ਮੈਂ ਕਰਨ ਲੱਗਿਆ, ਕੁਛ ਪਲ ਰੁਕ ਕੇ ਆਈ ਸੀ ਯੂ ਅੰਦਰ, ਲੈ ਬੇਬੇ ਨੂੰ ਬਾਹਰ ਨੂੰ ਚੱਲਿਆ ਏ। ਨਹੀਂ ਗਿਆ ਬਾਪੂ ਇਸ ਦੁਨੀਆ ਤੋਂ, ਉਹ ਤਾਂ ਦਿਲਾਂ ਆਪਣਿਆਂ ਵਿੱਚ ਵੱਸਦਾ ਏ। ਮਾਂ ਮੈਨੂੰ ਗਲਵੱਕੜੀ ਵਿੱਚ ਲੈ ਬੈਠੀ ਅਤੇ ਸਾਵਣ ਦੋਹਾਂ ਦੀਆਂ ਅੱਖੀਆਂ 'ਚੋਂ ਵੱਸਦਾ ਏ ਅਤੇ ਸਾਵਣ ਦੋਹਾਂ ਦੀਆਂ ਅੱਖੀਆਂ 'ਚੋਂ ਵੱਸਦਾ ਏ ਅਤੇ ਸਾਵਣ ਦੋਹਾਂ ਦੀਆਂ ਅੱਖੀਆਂ 'ਚੋਂ ਵੱਸਦਾ ਏ। ਥੈਂਕ ਯੂ।